ਪ੍ਰਧਾਨ ਸਾਹਿਬ ਇਲੈਕਸ਼ਨ ਹੋ ਰਹੀ ਆ ਪ੍ਰਧਾਨਗੀ ਦੀ SGPC ਦੀ ਇੱਕ ਪਾਸੇ ਤੁਸੀਂ ਜੇ ਦੂਸਰੇ ਪਾਸੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਬੈਕ ਤੋਂ ਬੀਬੀ ਜਗੀਰ ਕੌਰ ਨੂੰ ਜੋ ਹੈ ਸਮਰਥਨ ਦੇ ਰਹੀਆਂ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਅਕੇਲਾ ਨਹੀਂ ਖਾਲਸਾ ਪੰਥ ਪੂਰੇ ਕਾ ਪੂਰਾ ਸਾਥ ਹੈ ਖਾਲਸਾ ਪੰਥ ਕਿਸ ਕੋ ਬੋਲਤੇ ਹੈ ਹਰ ਇੱਕ ਇਨਸਾਨ ਇਹ ਕਹਿੰਦਾ ਕਿ ਮੈਂ ਖਾਲਸਾ ਪੰਥ ਹਾਂ ਖਾਲਸਾ ਪੰਥ ਉਹ ਆ ਜਿਹੜਾ ਖਾਲਸੇ ਦੀਆਂ ਰਵਾਇਤਾਂ ਤੇ ਚੱਲਦਾ ਔਰ ਖਾਲਸੇ ਦੀਆਂ ਰਵਾਇਤਾਂ ਕੀ ਆ ਸੇਵਾ ਸਿਮਰਨ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨੀ ਵੰਡ ਕੇ ਛਕਣਾ ਤੇ ਨਾਮ ਜਪਣਾ ਇਹ ਪਵਿੱਤਰ ਸਿਧਾਂਤ ਹਮਾਰੇ ਬਜ਼ੁਰਗੋਂ ਨੇ ਦਿੱਤਾ ਥਾ ਹਮੇ ਤੋ ਜੇ ਜਿਤਨੇ ਵੀ ਮੈਂਬਰ ਸਾਹਿਬਾਨ ਹੈ ਇਹ ਉਸੀ ਪਰੰਪਰਾ ਪਰ ਕੰਮ ਕਰ ਰਹੇ ਹੈ ਤੋ ਸਮੇਂ ਸਮੇਂ ਕਿਉਂਕਿ ਸਾਲ ਬਾਅਦ ਚੋਣ ਆ ਜਾਂਦੀ ਹੈ ਅਹੁਦੇਦਾਰਾਂ ਦੀ ਚੋਣ ਹੁੰਦੀ ਤੇ ਉਸ ਅਹੁਦੇਦਾਰਾਂ ਦੀ ਚੋਣ ਦੇ ਵਿੱਚ ਅੱਜ ਤੱਕ ਕਈ ਵਾਰੀ ਮੈਂ ਪਿਛਲੇ ਇਤਿਹਾਸ ਦੇਖਦਾ ਬਹੁਤ ਵਾਰੀ ਆਪੋ ਵਿੱਚ ਹੀ ਅਕਾਲੀਆਂ ਦੇ ਨਾਲ ਚੱਲਦਾ ਰਿਹਾ ਪਰ ਸਰਕਾਰਾਂ ਦੀ ਮਦਦ ਨਹੀਂ ਕਦੇ ਵੀ ਭਾਲਦੇ ਸੀ ਆਪਣੇ ਬਲ ਦੇ ਨਾਲ ਸਾਰਾ ਕਰਦੇ ਸੀ ਤੇ ਹੁਣ ਤਾਂ ਇਹ ਮੈਂ ਦੇਖਦਾ ਹਾਂ ਵੀ ਜਿੱਦਾਂ ਰੋਜ਼ ਰਿਪੋਰਟਾਂ ਆ ਰਹੀਆਂ ਇਹ ਤਾਂ ਜਿੱਦਾਂ ਇੱਕ ਨਹੀਂ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਲਈ ਉਹ ਇੱਦਾਂ ਕੀਤਾ ਆ ਭਾਈ ਜੀ ਇਹ 28 ਤਰੀਕ ਨੂੰ ਚੋਣ ਆ ਰਹੀ ਆ ਤੇ ਉਹਦੇ ਵਿੱਚ ਤੰਗ ਵੱਖ ਵੱਖ ਢੰਗ ਸਾਰੀਆਂ ਪਾਰਟੀਆਂ ਮਤਲਬ ਕਹਿੰਦੇ ਇੱਕ ਨਹੀਂ ਸਾਰੇ ਰਲ ਗਏ ਤੇ ਮੈਂ ਖਾਲਸਾ ਪੰਥ ਨੂੰ ਵੀ ਬੇਨਤੀ ਕਰਦਾ ਹਾਂ ਵੀ ਤਕੜੇ ਹੋਈਏ ਸਾਡਾ ਮਹਾਨ ਵਿਰਸਾ ਆ ਤੇ ਮਹਾਨ ਵਿਰਸੇ ਦੇ ਅਸੀਂ ਵਾਰਸ ਹਾਂ ਤੇ ਇਹ ਜਿਹੜੀਆਂ ਫੋਰਸਿਸ ਜਿਹੜੀਆਂ ਆ ਕੇ ਅੱਜ ਸਾਡੇ ਮਿੱਤਰ ਆ ਜਿਹਨਾਂ ਦੇ ਸਹਾਰੇ ਤੇ ਉਹ ਆਪਣਾ ਇਹ ਸਾਰਾ ਕੁਛ ਸਿਆਸੀ ਰੋਟੀਆਂ ਸੇਕ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਾਂ ਆਪਣੀਆਂ ਪਰੰਪਰਾਵਾਂ ਕਾਇਮ ਰੱਖੀਏ ਇਦਾਂ ਦੇ ਕਾਰਜ ਨਾ ਕਰੀਏ ਫਿਰ ਸ਼ਰਮਸ਼ਾਰ ਹੋਣਾ ਪਵੇ ਪ੍ਰਧਾਨ ਸਾਹਿਬ ਕਈ ਨੇਤਾਵਾਂ ਵੱਲੋਂ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜੇ ਤੁਸੀਂ ਪ੍ਰਬੰਧ ਗੁਰਦੁਆਰੇ ਸਾਹਿਬਾਨ ਦਾ ਕਰਨਾ ਉਹਦੇ ਵਿੱਚ ਕੋਈ ਆਫਿਸ ਆਫ ਪ੍ਰੋਫਿਟ ਤਾਂ ਨਹੀਂ ਗਾ ਉਹ ਤਾਂ ਸੇਵਾ ਸੰਭਾਲਿਆ ਤੇ ਫਿਰ ਤੁਸੀਂ ਮੈਂਬਰਾਂ ਨੂੰ ਪੈਸੇ ਦੇ ਕੇ ਕਿਹੜਾ ਨਵਾਂ ਸਿਧਾਂਤ ਸਿਰਜ ਰਹੇ ਆ ਜਾਂ ਤੁਸੀਂ ਡਰਾ ਰਹੇ ਆ ਕਿਹੜੇ ਕਾਰਜ ਲਈ ਇਹ ਕਿਉਂਕਿ ਖਾਲਸਾ ਪੰਥ ਹਮੇਸ਼ਾ ਹੀ ਸੋਚਦਾ ਆ ਤੇ ਜਿਹੜੇ ਡਰਾਉਂਦੇ ਆ ਉਹ ਡਰਨ ਵਾਲੇ ਜਿਹਨਾਂ ਨੂੰ ਡਰਾਉਂਦੇ ਉਹ ਨਹੀਂ ਡਰਦੇ ਬਸ ਜਿਹੜੇ ਡਰਾਉਂਦੇ ਹੁੰਦੇ ਦੌੜ ਜਾਂਦੇ ਆ ਤੇ ਅਕਸਰ ਗੁਰੂ ਘਰ ਦੀਆਂ ਇਹ ਸਵਾਵਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਦਰ ਜਿੱਥੇ ਆਪਾਂ ਬੈਠੇ ਹਾਂ ਇਹਦੇ ਉੱਤੇ ਕਰਨੀ ਤੇ ਕਥਨੀ ਮਨੁੱਖ ਦੀ ਇੱਕ ਹੋਣੀ ਚਾਹੀਦੀ ਫਿਰ ਗੁਰੂ ਦਰ ਤੇ ਪ੍ਰਵਾਨ ਹੁੰਦਾ ਪਰ ਜੇ ਕਈ ਕੁਛ ਜਾਈਏ ਤੇ ਕਰੀ ਕੁਛ ਜਾਈਏ ਫਿਰ ਖਾਲਸਾ ਪੰਥ ਇਹ ਸਾਰਾ ਨਿਗਾਹ ਰੱਖਦਾ ਇਸ ਕਾਰਜ ਦੇ ਉੱਤੇ ਜੀ ਪ੍ਰਧਾਨ ਸਾਹਿਬ ਕੈਨੇਡਾ ਤੋਂ ਭਾਰਤੀ ਰਾਜਦੂਤ ਭਾਰਤ ਵਾਪਸ ਆ ਗਏ ਕਹਿੰਦੇ ਕੈਨੇਡਾ ਜਿਹੜੀ ਆ ਉਹ ਖਾਲਿਸਤਾਨੀਆਂ ਨੂੰ ਸਮਰਥਨ ਦਿੰਦਾ ਦੇਖੋ ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਪੰਜਾਬੀ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੱਸਦੇ ਆ ਜੀ ਤੇ ਇਹਨਾਂ ਦੋਹਾਂ ਮੁਲਕਾਂ ਨੂੰ ਆਪਣੇ ਜਿਹੜੇ ਆ ਆਪਣੇ ਰਿਸ਼ਤੇ ਜਿਹੜੇ ਆ ਉਹ ਸੁਲਝਾਉਣੇ ਚਾਹੀਦੇ ਚੰਗੇ ਢੰਗ ਦੇ ਨਾਲ ਕਿਉਂਕਿ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਆ ਕੈਨੇਡਾ ਦੇ ਵਿੱਚ ਉਹ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਜੇ ਕਿਤੇ ਕੋਈ ਹੈਗੀ ਗੱਲ ਤਾਂ ਬੈਠ ਕੇ ਕਰ ਲੈਣੀ ਚਾਹੀਦੀ ਸੁਲਝਾ ਲੈਣੀ ਚਾਹੀਦੀ ਠੀਕ